ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਪਰਣਾ ਦੋਸਤੋ ਪ੍ਰੋਗਰਾਮ ਅੱਜ ਦਾ ਵਿਚਾਰ ਉਹਦੇ ਵਿੱਚ ਸਾਡੇ ਨਾਲ ਦਾਣਿਸ਼ਾਜ਼ ਕੁਲੰਦਰ ਸਾਹਿਬ ਮੌਜੂਦ ਨੇ ਕਾਫੀ ਮਾਲੂਮਾਤ ਰੱਖਦੇ ਆ ਹਿਸਟਰੀ ਦੇ ਬਾਰੇ ਵੀ ਸ਼ਾਇਰੀ ਦੇ ਬਾਰੇ ਵੀ فنੂਨ ਲਤੀਫਾ ਦੇ ਬਾਰੇ ਵੀ ਤੇ ਇਹਨਾਂ ਨਾਲ ਅੱਜ ਆਪਾਂ ਗੱਲ ਕਰਨੀ ਹੈ ਕਿ ਇਹ ਜਿਹੜੇ ਲੋਕ ਅਕਸਰ ਕਲੇਮ ਕਰਦੇ ਆ ਕਿ ਪੰਜਾਬ ਦੇ ਜਿਹੜੇ ਸੂਰਮੇ ਪੰਜਾਬ ਦੇ ਜੰਗਜੂ ਜਿਨ੍ਹਾਂ ਨੇ ਫਰੋਨੀ ਤਾਕਤਾਂ ਦੇ ਅੱਗੇ ਲੜਾਈ ਕੀਤੀ ਉਹਨਾਂ ਨਾਲ ਸਿਰ ਡਾਇਆ ਉਹਨਾਂ ਦੀ ਤਾਦਾਦ ਬਹੁਤ ਘੱਟ ਆਖਰ ਬੰਦੇ ਕਲੇਮ ਕਰਦੇ ਲੇਕਿਨ ਸਾਨੂੰ ਤਾਂ ਪਤਾ ਕਿ ਪੰਜਾਬੀ ਆ ਅਸੀਂ ਕਿ ਇੱਕ ਬੜੀ ਤਾਦਾਦ ਆ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਉਹਨਾਂ ਨੂੰ ਉਹਨਾਂ ਦਾ ਨਾਂ ਨਹੀਂ ਲਿਆ ਜਾਂਦਾ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਤੇ ਦਾਨਿਸ਼ ਭਾਈ ਨਾਲ ਆਪਾਂ ਅੱਜ ਇਹੀ ਗੱਲ ਕਰਨੀ ਆ ਕਿ ਸਾਨੂੰ ਉਹ ਨਾਂ ਦੱਸਣ ਜਿਨ੍ਹਾਂ ਨੇ ਏਡੀਆਂ ਤਾਕਤਾਂ ਸਗੀਆਂ ਇਹਨਾਂ ਦੇ ਅੱਗੇ ਡਟ ਕੇ ਖੜੇ ਹੋਏ ਉਹਨਾਂ ਦਾ ਮੁਕਾਬਲਾ ਕੀਤਾ ਦਾਨਸ਼ਾਬ ਪਹਿਲੇ ਤੇ ਤੁਹਾਨੂੰ ਸਹੀ ਵੈਲਕਮ ਕਰਦੇ ਆ ਆਪਣੇ ਪ੍ਰੋਗਰਾਮ ਦੇ ਵਿੱਚ ਵੈਲਕਮ ਜੀ ਸਰਸਰੀਆ ਕਾਰਜੀ ਧੰਨਵਾਦ ਹੋਵੇ ਮੁਹੱਬਤਾਂ ਹੋਣ ਨਾਸਰ ਸਾਹਿਬ ਦੇ ਨਾਮ ਅੱਜ ਦਾ ਦਿਨ ਜਿਹੜਾ ਹੈ ਤੇ ਮੁਹੱਬਤ ਹੀ ਮੁਹੱਬਤ ਹੋਵੇ ਆਪਣੇ ਪੰਜਾਬ ਦੇ ਸੂਰਮੇ ਹੋਏ ਆ ਜੀ ਤੁਸੀਂ ਸਾਨੂੰ ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸਣ ਤਾਂ ਕਿ ਜਿਹੜੇ ਸਾਡੇ ਦਰਸ਼ਕ ਆ ਤੁਹਾਨੂੰ ਦੇਖਣ ਵਾਲੇ ਆ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੀ ਧਰਤੀ ਜਿਹੜੀ ਹਮੇਸ਼ਾ ਜਿਹੜੇ ਇਸ ਤਰ੍ਹਾਂ ਦੇ ਸੂਰਮੇ ਪੈਦਾ ਕਰਦੀ ਰਹਿੰਦੀ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੁਹੱਬਤ ਕਰਨ ਵਾਲੇ ਪੰਜਾਬੀ ਵੀਰਾਂ ਨੂੰ ਭੈਣ ਭਰਾਵਾਂ ਨੂੰ ਸਭ ਨੂੰ ਸਰਸਰੀਆਕਾਰ ਹੋਵੇ ਧੰਨਵਾਦ ਹੋਵੇ ਪਹਿਲੀ ਗੱਲ ਤਾਂ ਇਹ ਹੈਗੀ ਹੈ ਜੀ ਕਿ ਸਾਨੂੰ ਆਪਣਾ ਪਤਾ ਕਰਨਾ ਪਾਊਗਾ ਕਿ ਸਾਡੀ ਜਿਹੜੀ ਪਹਿਚਾਨ ਕੀ ਸੀ ਸਾਡਾ ਕਲਚਰ ਕੀ ਸੀ ਸਾਡੀ ਮੋਰਲ ਵੈਲਿਊ ਕੀ ਸੀ ਕਿ ਪੂਰੀ ਦੁਨੀਆ ਸਾਡਾ ਮੁਲਕ ਹੈਗਾ ਆ ਸਾਰੀ ਇਨਸਾਨੀ ਸਾਡੀ ਬਰਾਦਰੀ ਹੈਗੀ ਹੈ ਔਰ ਦੂਸਰਿਆਂ ਦੇ ਕੰਮ ਆਉਣਾ ਨੇਕੀ ਕਰਨਾ ਮੁਹੱਬਤ ਕਰਨਾ ਸਾਡਾ ਜਿਹੜਾ ਹੈਗਾ ਮਸਬ ਹੈਗਾ ਆ ਛਾਈ ਕਰਨਾ ਸਾਡਾ ਮਕਸਦ ਹੈਗਾ ਹੈ ਸਾਡੇ ਆਪਣੀ ਕਲਚਰ ਮਾਂ ਬੋਲੀ ਦਾ ਪ੍ਰਚਾਰ ਕਰਨਾ ਸਾਡਾ ਹੱਬਤ ਹੈਗੀ ਹੈ ਤੇ ਪਿਆਰੇ ਦੋਸਤੋ ਕਾਬਲ ਦੋਸਤੋ ਯਾਦ ਰੱਖੋ ਇੱਕ ਗੱਲ ਨੂੰ ਕਿ ਜ਼ਾਹਰੀ ਬਾਤਾਂ ਸਾਨੂੰ ਸਟੱਡੀ ਕਰਨੀ ਪਾਉਗੀ ਇਹਦੇ ਬਾਰੇ ਮਾਨੂੰ ਸਾਨੂੰ ਪਤਾ ਕਰਨਾ ਪਊਗਾ ਸਾਨੂੰ ਪੜ੍ਹਨਾ ਪਊਗਾ ਸਾਨੂੰ ਆਸੇ ਪਾਸੇ ਦੇਖਣ ਦੀ ਬਜਾਏ ਸਾਨੂੰ ਆਪਣੇ ਅੰਦਰ ਦੀ ਮੋਰਵਲੈ ਬੈਦੀਆਂ ਨੂੰ ਸਮਝਣਾ ਪਊਗਾ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਜ਼ਾਹਰੀ ਬਾਤਾਂ ਕਿ ਦੁਨੀਆ ਦੀ ਕੋਈ ਵੀ ਕੌਮ ਹੈਗੀ ਹੈ ਉਹ ਸਭ ਤੋਂ ਪਹਿਲੇ ਆਪਣੀ ਜ਼ਬਾਨ ਦੇ ਵਿੱਚ ਗੱਲ ਕਰਦੀ ਹੈਗੀ ਹੈ ਜ਼ਾਹਰੀ ਬਾਤਾਂ ਕਿ ਬਹੁਤ ਅੱਜ ਸਦੀਆਂ ਅੱਗੇ ਜਾ ਚੁੱਕੇ ਹੈਗੇ ਆ ਮੈਂ ਕਹਿੰਨਾ ਕਿ ਬਹੁਤ ਬੜੀ ਗੱਲ ਹੁੰਦੀ ਹੈ ਕਿ ਜਿਹੜੀਆਂ ਕੌਮਾਂ ਆਪਣੀ ਜ਼ਬਾਨ ਮਾਂ ਨੂੰ ਗੱਲ ਕਰਦੀਆਂ ਔਰ ਦੂਸਰੇ ਦੀ ਜ਼ਬਾਨ ਦੇ ਵਿੱਚ ਗੱਲ ਕਰਨਾ ਉਹ ਤਹੀ ਸਮਝਦੀਆਂ ਹੈਗੀਆਂ ਤੇ ਉਹ ਸਮਝਦੇ ਪਹਿਲੇ ਆਪਣੀ ਮਾਂ ਬੋਲੀ ਫਿਰ ਬਾਅਦ ਮਾਂ ਨੂੰ ਦੂਸਰਿਆਂ ਦੀ ਗੱਲ ਤੇ ਅਸੀਂ ਤੇ ਕਹਿੰਦੇ ਆ ਕਿ ਸਾਰਿਆਂ ਦੀ ਮਾਂ ਬੋਲੀ ਦੇ ਹਵਾਲੇ ਨਾਲ ਵੀ ਕਿ ਸਭ ਤੋਂ ਬਾਅਦ ਅਸੀਂ ਦੂਸਰਿਆਂ ਦੀ ਵੀ ਇੱਜ਼ਤ ਰੱਖੀਏ ਮੁਹੱਬਤ ਕਰੀਏ ਤੇ ਪੜਦੇ ਰਹੀਏ ਅੱਛੀ ਅੱਛੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਨਾਸਰ ਸਾਹਿਬ ਨੇ ਕਿਹਾ ਔਰ ਆਉਣ ਵਾਲੇ ਵਕਤ ਦੇ ਵਾਲੇ ਨਾਲ ਤੁਹਾਨੂੰ ਫਲਸਫਾ ਮੁਹੱਬਤ ਨਈ ਸਟੋਰੀਆਂ ਆਪਣੇ ਸਪੂਤਾਂ ਦੇ ਬਾਰੇਆਂ ਦੇ ਵਿੱਚ ਜਿਸ ਤਰ੍ਹਾਂ ਜੀ ਸਭ ਤੋਂ ਬੜੀ ਗੱਲ ਹੈਗੀ ਹੈ ਕਿ ਹਿੰਦੁਸਤਾਨ ਬਰੇ ਸਗੀਰ ਦੇ ਵਿੱਚ ਸੰਸਕ੍ਰਿਤ ਜ਼ਬਾਨ ਦੇ ਵਿੱਚੋਂ ਨਿਕਲਣ ਵਾਲੀ ਮਾਂ ਬੋਲੀ ਦਾ ਪ੍ਰਚਾਰ ਕਰਦਿਆਂ ਹੋਇਆ ਧੰਨਵਾਦ ਹੋਵੇ ਕਿ ਜਿੱਦਾਂ ਸਾਡੇ ਬਹੁਤ ਬੜੇ ਇੱਕ ਲੈਕਚਰਰ ਜਿਨ੍ਹਾਂ ਦਾ ਨਾਮ ਸੀ ਜਿਹੜੇ ਟੈਕਸਲਾ ਵਿੱਚ ਪੜਾਉਂਦੇ ਸਨ ਮਾਈਟ ਪਾਰਟੀਸ਼ਨ ਤੋਂ ਪਹਿਲੇ ਦੀ ਗੱਲ ਹੈ ਕਿ ਜਿਨ੍ਹਾਂ ਦਾ ਨਾਮ ਜਿਹੜਾ ਹੈਗਾ ਸੀ ਚਾਂਕੀਆ ਸੀ ਚਾਂਕੀਆ ਨੇ ਬਹੁਤ ਹੀ ਖੂਬਸੂਰਤ ਅੰਗਰੇਜ਼ੀ ਮਾਂ ਨੂੰ ਵੀ ਕਿ कि जारी बात दूसर के नाम गल तरक्की कर दूसरिया जबानाव भी जाना पाएगा कि सारे दोस्तों तक अल पहुँचा रहे हैं जिन्हों का नाम से चांकिया चांकीिया इज माई बेस्ट फ्रेंड है चांकिया ने बड़ा खूबसूरत एक गल की थी है एजुकेशन के हवाले भी कि एजुकेश इज माई बैस्ट फ्रेंड एन एजुकेटड परसन इज रिस्पैक्टेड एवरीवेयर एजुकेशन इज द रिस्पैक्टेड एवरीवेयर एजुकेशन बीड्स द ब्यूटी ਤੇ ਕਬਲ ਦੋਸਤੋ ਯਾਦ ਰੱਖੋ ਚਾਂਕਿਆ ਨੇ ਚੰਦਰਗੁਪਤ ਮੋਰੀਆ ਨੂੰ ਤਿਆਰ ਕੀਤਾ ਜਦ ਸਾਡੇ ਬਰੇਸਗੀਰ ਦੇ ਉੱਤੇ ਜਿਹੜਾ ਸੀਗਾ ਸਿਕੰਦਰ ਆਜ਼ਮ ਜਿਹੜਾ ਸੀਗਾ ਉਹ ਹਮਲਾ ਕਰਨਾ ਚਾਹੁੰਦਾ ਸੀ ਇੱਕ ਵਕਤ ਦੇ ਵਿੱਚ ਔਰ ਇੱਕ ਜ਼ਾਲਮ ਔਰ ਚਾਬਰ ਬਾਦਸ਼ਾਹ ਨੇ ਦੁਨੀਆ ਦੇ ਉੱਤੇ ਇਸ ਕੰਮ ਦੀ ਤਦਾ ਕਰਨ ਦੀ ਕੋਸ਼ਿਸ਼ ਕੀਤੀ ਜ਼ਾਹਰੀ ਬਾਤ ਐ ਕਿ ਚੇਂਜ ਯੋਰ ਥਿੰਕਿੰਗ ਚੇਂਜ ਯੋਰ ਲਾਈਫ ਜਿੱਦਾਂ ਦੇ ਖਿਆਲ ਹੋਏ ਕਰਦੇ ਆ ਉਦਾਂ ਦੀ ਜ਼ਿੰਦਗੀ ਹੋਏ ਕਰਦੀ ਐ ਤੇ ਕਬਲ ਦੋਸਤੋ ਯਾਦ ਰੱਖੋ ਕਿ ਬੱਚੇ ਹਨੇਰੇ ਤੋਂ ਡਰਨ ਤੇ ਕੋਈ ਤਅਜਬ ਨਹੀਂ ਬਾਲਗ ਰੋਸ਼ਨੀ ਤੋਂ ਡਰਨ ਤੇ ਬੜੇ ਹੈਰਤ ਦੀ ਗੱਲ ਹੋਇਆ ਕਰਦੀ ਹੈ ਤੇ ਚਾਂਕੀਆ ਜਿਹੜਾ ਤੇ ਇੱਕ ਦਫਾ ਅਰਸਤੂ ਦੇ ਕੋਲ ਆਪਣੇ ਉਸਤਾਦ ਦੇ ਕੋਲ ਅਰਸਤੂ ਜਿਹੜਾ ਸੀ ਉਹਦੇ ਉਸਤਾਦ ਦੇ ਮਹਤਮ ਜਿਹੜੇ ਸੀ ਸੋਕਰੇਟ ਸੀ ਬਾਬਾ ਸੋਕਰੇਟ ਕਬਲੇ ਮਸੀਹ ਤੋਂ 450 ਸਾਲ ਪਹਿਲੇ ਦੀ ਗੱਲ ਹੈਗੀ ਹੈ ਉਹਨਾਂ ਦੇ ਜਿਹੜੇ ਉਸਤਾਦ ਸੀ ਉਹਨਾਂ ਦਾ ਨਾਮ ਫੀਸਾ ਗੋਰਸ ਸੀਗਾ ਤੇ ਜਿਸ ਤਰੀਕੇ ਨਾਲ ਜਿੰਨੇ ਵੀ ਦਰਵੇਸ਼ ਲੋਕ ਸੀਗੇ ਜਿਨ੍ਹਾਂ ਨੇ ਟ੍ਰਾਈਐਂਗਲ ਮੈਥ ਤੇ ਕੰਮ ਕੀਤਾ ਮੈਥਮੈਕਸ ਤੇ ਕੰਮ ਕੀਤਾ ਸਾਇੰਸ ਤੇ ਕੰਮ ਕੀਤਾ ਬਾਇਓ ਕੈਮਿਸਟਰੀ ਤੇ ਕੰਮ ਕੀਤਾ ਫਿਜ਼ਿਕਸ ਤੇ ਕੰਮ ਕੀਤਾ ਦਰਿਆਂ ਨੂੰ ਪ੍ਰਾਈ ਜਾਂਦੇ ਲੱਭੇ ਤੇ ਉਹਨਾਂ ਦੇ ਹਵਾਲੇ ਨਾਲ ਇਹ ਗੱਲ ਕਰ ਰਹੇ ਹਾਂ ਕਿ ਜ਼ahari ਬਾਤ ਆ ਕਿ ਜਿਹੜੇ ਆਰਟਿਸਟ ਲੋਗ ਹੋਏ ਕਰਦੇ ਆ ਫਿਲਾਸਫਰ ਹੋਏ ਕਰਦੇ ਆ ਨਬੀ ਪੈਗੰਬਰ ਸੂਫੀਆ کرام ਔਲੀਆ ਅੱਲਾ ਜਿਹੜੇ ਹੋਏ ਕਰਦੇ ਉਹਨਾਂ ਦੀ ਕੋਈ ਵੀ ਉਹਨਾਂ ਦਾ ਕੰਪੀਟੀਸ਼ਨ ਨਹੀਂ ਹੋਏ ਕਰਦਾ ਅੱਛੇ ਦੋਸਤਾਂ ਨਾਲ ਕੰਪੀਟੀਸ਼ਨ ਹੈਲਦੀ ਹੋਏ ਕਰਦਾ ਤੇ ਉਹਨਾਂ ਦੀਆਂ ਲੜੀਆਂ ਮਿਲਦੀਆਂ ਕਿ ਜਿੱਦਾਂ ਬੁੱਲੇ ਸ਼ਾਹ ਨੇ ਕਿਹਾ ਨਾ ਮੈਂ ਪੇਤ ਮਜ਼ਬਦ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਅਵਲ ਆਖਰ ਆਪ ਨੂੰ ਜਾਣਾ ਨਾ ਮੇਰੇ ਤੋਂ ਕੋਈ ਵੱਧ ਸਿਆਣਾ ਤੇ ਬੁੱਲੇ ਸ਼ਾਹ ਖੜਾ ਏ ਕੌਣ ਤੇ ਬੁੱਲੇ ਸ਼ਾਹ ਕੀ ਜਾਣੇ ਮੈਂ ਕੌਣ ਇਸੇ ਤਰੀਕੇ ਨਾਲ ਆਪਣੀ ਨਫੀ ਕਰਦੇ ਹੈਗੇ ਐ ਤੇ ਜ਼ਾਹਰੀ ਬਾਤ ਹੈ ਕਿ ਇਨਸਾਨ ਦਾ ਤਾਂ दारू ਪੀ ਕੇ ਇੱਕ ਮੈਂ ਜਿਹੜੀ ਰਾਤ ਵਿੱਚ ਉਤਰ ਜਾਂਦੀ ਐ ਉਹਦੇ ਨਸ਼ਾ ਉਤਰ ਜਾਂਦਾ ਤੇ ਮੈਂ ਦਾ ਨਸ਼ਾ ਸਾਰੀ ਜ਼ਿੰਦਗੀ ਨਹੀਂ ਉਤਰਦਾ ਤੇ ਸਾਡੀ ਜਿਹੜੀ ਬਰਾਦਰੀ ਹੈਗੀ ਸਾਰੀ ਇਨਸਾਨੀਅਤ ਹੈਗੀ ਐ ਇਹ 8 ਅਰਬ ਤੱਕ ਇਹ ਗੱਲ ਪਹੁੰਚ ਰਹੀ ਐ ਦੁਨੀਆ ਤੇ 4800 ਮਜ਼ਹਬ ਹੈਗੇ ਐ ਅੱਗੇ ਕਿੰਨੇ ਅਕੀਦੇ ਕਿੰਨੇ ਫਿਰਕੇ ਕਿੰਨੇ ਮਜ਼ਹਬ ਹੈਗੇ ਐ ਮਜ਼ਾਹਬ ਹੈਗੇ ਐ ਤੇ ਮੈਂ ਕਹਿੰਦਾ ਧੰਨਵਾਦ साड़ी आला जरफी है मुहबत हैगी है सार्याद्याम करते हैं सार्या का एहतराम करते हैं भगत भगत सिंह भी भगत सिंह ने भी बड़ी आजादी की खातर जंग लड़ी इंकलाब जाही बात है एक ਫੁੱਲਾਂ ਦੇ ਉੱਤੇ ਸੌਣ ਦਾ ਨਾਂ ਨਹੀਂ ਹੈਗਾ ਬਿਸਤਰ ਦਾ ਨਾਂ ਨਹੀਂ ਹੈਗਾ ਤੇ ਬਲਕਿ ਇਨਕਲਾਬ ਜਿਹੜਾ ਇੱਕ ਜਦੂ ਜਿਹੇ ਦਾ ਨਾਮ ਹੈਗਾ ਮਨਜਤ ਦਾਵਾਜਾ ਦਾ ਉਹਨਾਂ ਨੇ ਬੜੀ ਸਟਰਗਲ ਕੀਤੀ ਭਗਤ ਸਿੰਘ ਨੇ ਵੀ ਤੇ ਚਾਂਕੀਆਂ ਨੇ ਜਿਹੜਾ ਸੀਗਾ ਉਹ ਤਿਆਰ ਕੀਤਾ ਇੱਕ ਦਿਨ ਅਸੀਂ ਗੱਲ ਕਰ ਰਹੇ ਸੀ ਕਿ ਸਕੰਦਰ ਆਜ਼ਮ ਨੂੰ ਪੁੱਛੇ ਸਕੰਦਰ ਆਜ਼ਮ ਨੇ ਆਪਣੇ ਉਸਤਾਦ ਅਰਸਟੋ ਨੂੰ ਪੁੱਛਿਆ ਕਿ ਉਸਤਾਦ ਜੀ ਇਹ ਹਿੰਦੁਸਤਾਨ ਕੀ ਹੈਗਾ ਹੈ ਮੈਂ ਇਦੇ ਤੇ ਹਮਲਾ ਕਰਨਾ ਚਾਹਣਾ ਤੇ ਉਹਨਾਂ ਦੇ ਉਸਤਾਦ ਨੇ ਕਿਹਾ ਕਿ ਦੇਖ ਸਾਡੇ ਜਿਹੜੇ ਫਲਾਤੂਨ ਉਸਤਾਦ ਸੀ ਜਿਹੜੇ ਜੀ ਬਾਬਾ ਸocrates ਜਿਨ੍ਹਾਂ ਨੇ ਮੈਥਮੈਟਿਕਸੇ ਕੰਮ ਕੀਤਾ ਰਿਆਜ਼ੀ ਤੇ ਕੰਮ ਗਏ ਰਿਆਜ਼ੀਦਾਨ ਜਿਹੜੇ ਹੈਗੇ ਸੀ ਸਾਇੰਟਿਫਿਕ ਲੋਕ ਜਿਹੜੇ ਹੈਗੇ ਸੀ ਤੋਂ ਉਹਨਾਂ ਨੇ ਇਹ ਬੜੀ ਕਦਰ ਕੀਤੀ ਉਹ ਗੋਤਮ ਬੁੱਧਾ ਦੇ ਕੋਲ ਵੀ ਹਿੰਦੁਸਤਾਨ ਚ ਬਰੇ ਸਗੀਤ ਜਾਇ ਕਰਦੇ ਸੀ ਪਾਰਟੀਸ਼ਨ ਤੋਂ ਬਾਅਦ ਤੇ ਇਹ ਤੇ ਗੋਰਿਆਂ ਦੀ ਵੰਡ ਸੀ ਬਰਤਾਨੀਆਂ ਦੇ ਚਰਚਲ ਦੀ ਵੰਡ ਸੀ ਤੇ ਉਸ ਤੋਂ ਬਾਅਦ ਅਲਸੰਦਰ ਆਜ਼ਮ ਨੇ ਕਿਹਾ ਕਿ ਮੈਂ ਉਹਤੇ ਹਮਲਾ ਕਰਨਾ ਹੈ ਉਹ ਹਮਲਾ ਕਰਦਾ ਕਰਦਾ ਦੁਨੀਆ ਨੂੰ ਫਤਿਹ ਕਰਦਾ ਕਰਦਾ ਜਦ ਹਿੰਦੁਸਤਾਨ ਤੇ ਆਇਆ ਤੇ ਦੇਖ ਲੋ ਕਿ ਦੋਸਤੋ ਕਿਉਂ ਉਹ ਇੱਕ ਇਬਰਤ ਦਾ ਨਿਸ਼ਾਨ ਬਣਿਆ ਹੈਗਾ ਤੇ ਦੇਖੀ ਬਾਤ ਹੈ ਕਿ ਉਹਨਾਂ ਨੇ ਚਾਂਕੀਆ ਜਿਹੜਾ ਸੀ ਟੈਕਲਿਸਟ ਟੈਕਸਲੇਮਾ ਨੂੰ ਪੜ੍ਹਾਉਂਦਾਤਾ ਉੱਥੋਂ ਜਿਹੜਾ ਪੜ੍ਹਾ ਕੇ ਵਾਪਸ ਆਇਆ ਤੇ ਉਹਨੇ ਆ ਕੇ ਚੰਦਰਭੂਤ ਮੋਰੀਆਂ ਨੂੰ ਤਿਆਰ ਕੀਤਾ ਜਿਹੜੇ ਸਾਡੇ ਸਪੂਤ ਤੇ ਜਿੱਦਾਂ ਜਗਜੀਤ ਸਿੰਘ ਜਿਹੜਾ ਸੀਗਾ ਉਹਨੇ ਵੀ ਉਹਦੇ ਤੇ ਹਮਲੇ ਕੀਤੇ ਮੁਹਬਤ ਕੀਤੀ ਦੂਸਰਿਆਂ ਨੂੰ ਆਜ਼ਾਦੀ ਦਲਾਈ ਤੇ ਜਿਹੜਾ ਰਾਜਾ ਪੋਰਸ ਸੀਗਾ ਜਿਹੜੇ ਸਾਡੇ ਸਪੂਤ ਸੀਗੇ ਜਗਜੀਤ ਸਿੰਘ ਸੀਗਾ ਰਾਜਾ ਪੋਰਸ ਸੀਗਾ ਰਾਜਾ ਸਪੂਤ ਤੋਂ ਬਾਅਦ ਜਿਹੜੇ ਹੈਗੇ ਸੀਗੇ ਕੀ ਨੌਨਾਂ ਦਾ ਭਗਤ ਸਿੰਘ ਸਾਹਿਬ ਸੀਗੇ ਉਹਨਾਂ ਨੇ ਕੰਮ ਦੁੱਲੇ ਪੱਟੀਨੇ ਬੜਾ ਕੰਮ ਕੀਤਾ ਇਹਨਾਂ ਚੀਜ਼ਾਂ ਦੇ ਉੱਤੇ ਪਾਰਟੀਸ਼ਨ ਤੋਂ ਪਹਿਲਾਂ ਤੋ ਦੇਖ ਲਓ ਮਲੰਗੀ ਨੇ ਕੰਮ ਕੀਤਾ ਬੜੇ ਬੜੇ ਦੁਨੀਆ ਤੇ ਸਪੂਤ ਆਏ ਸਾਨੂੰ ਆਪਣੇ ਸਪੂਤਾਂ ਦੇ ਬਾਰੇ ਮਾਨੂੰ ਪੜ੍ਹਨਾ ਪਾਊਗਾ ਫਿਰ ਉਹਨਾਂ ਦੀ ਜਦ ਗੱਲਾਂ ਕਰਦੇ ਆਂ ਅਸੀਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਮਾਂ ਬੋਲੀ ਕੀ ਹੈ ਪਹਿਲੇ ਨੰਬਰ ਤੇ ਅਸੀਂ ਇਸਾਸੇ ਕਮਤਰੀ ਦੇ ਸ਼ਿਕਾਰ ਨਾ ਹੋਈਏ ਕਿ ਸਾਡਾ ਬੱਚਾ ਸੋਨੇ ਦੇ ਸਕੂਲ ਮਾਨੂੰ ਪੜਨ ਲੱਗ ਪੈਂਦਾ ਦੇਖੋ ਬੜੇ ਅਫਸੋਸ ਦੀ ਗੱਲ ਹੈਗੀ ਹੈ ਸਕੂਲ ਦਾ ਨਾ ਹੁੰਦਾ ਵਾ ਕਿ ਪੰਜਾਬ ਕਾਲਜ ਪੰਜਾਬ ਕਾਲਜ ਦੇ ਬੱਚਿਆਂ ਨੂੰ ਪੁੱਛਿਆ ਇਹਦੇ ਵਿੱਚ ਕੀ ਪੰਜਾਬੀ ਪੜਾਈ ਜਾਂਦੀ ਹੈ ਦੇਖੋ ਅਫਸੋਸ ਦੀ ਗੱਲ ਹੈ ਕਿ ਬੱਚੇ ਹਨੇਰੇ ਤੋਂ ਡਰਨ ਤੇ ਕੋਈ ਤਅज्ਜਬ ਨਹੀਂ ਬਾਲਗ ਰੋਸ਼ਨੀ ਤੋਂ ਡਰਨ ਦਾ ਬੜੇ ਹੈਰਤ ਦੀ ਗੱਲ ਹੋਇਆ ਕਰਦੀ ਹੈ ਦੋਸਤੋ ਯਾਦ ਰੱਖੋ ਕੇ ਸਾਡੀ ਪੰਜਾਬੀ ਨਾਮ ਇਸਤੇਮਾਲ ਕਰ ਰਿਹਾ ਲੇਕਿਨ ਉਹ ਚੀਜ਼ ਜਿਹੜੀ ਪੰਜਾਬੀ ਆ ਉਹ ਪੰਜਾਬ ਕਾਲਜ ਵਿੱਚ ਵੀ ਨਹੀਂ ਹੈਗੀ ਉਸ ਪੰਜਾਬ ਕਾਲਜ ਦੇ ਵਿੱਚ ਵੀ ਹੈ ਨਹੀਂ ਤੇ ਜ਼ਾਹਰੀ ਬਾਤ ਤਾਂ ਕਿ ਬੜੇ ਅਫਸੋਸੀ ਗੱਲ ਹੈ ਤੁਹਾਡੇ ਕੋ ਆਪਣਾ ਕਲਚਰ ਨਾ ਹੋਊਗਾ ਸਾਡੇ ਕੋ ਆਪਣੀਆਂ ਸੁਣੀਏ ਸੁਣੀਏ ਗੱਲਾਂ ਨਾ ਹੋਣਗੀਆਂ ਸਾਡੀ ਮਾਂ ਬੋਲੀ ਦਾ ਪ੍ਰਚਾਰ ਨਾ ਹੋਊਗਾ ਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਦੁਨੀਆ ਨੂੰ ਆਪਣੀ ਕੀ ਪਛਾਣ ਦਵੋਗੇ ਤੇ ਕਿਉ ਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਆ ਤੇ ਇਹ ਦੇ ਬਾਰੇ ਚ ਨਾਸਾ ਸਾਹਿਬ ਨਾਲ ਗੱਲ ਹੋ ਰਹੀ ਸੀ ਕਿ ਦੁਨੀਆ ਤੱਕ ਇਸ ਗੱਲ ਨੂੰ ਪਹੁੰਚਾ ਰਹੇ ਆ ਕਿ ਆਪਣੇ ਆਪਣੇ ਸਪੂਤਾਂ ਦੇ ਬਾਰਿਆਂ ਦੇ ਵਿੱਚ ਫਿਰ ਉਹ 10 ਸਾਲ ਜਿਹੜਾ ਹੈ ਉਹ ਤੋਂ ਚੱਲਦਾ ਚੱਲਦਾ ਉਹਦੀ ਸਪਾਈ ਵੀ ਗੈਰ ਸੀ ਉਹਦੇ ਨਾਲ ਲੇਕਿਨ ਉਹਨੂੰ ਇੱਥੇ ਸ਼ਕਸਤਾ ਆ ਕੇ ਬਰੇ ਸਾਗੀਰ ਦੇ ਵਿੱਚ ਹੋਈ ਆ ਜਿਹੜੇ ਸਪੂਤ ਜਿਹੜੇ ਤੇ ਜਿਹਨੇ ਰਾਜੇਪੂਰਸ ਨੇ ਔਰ ਚਕਜੀਤ ਸਿੰਘ ਨੇ ਰਣਜੀਤ ਸਿੰਘ ਨੇ ਉਹਨਾਂ ਦਾ ਮੁਕਾਬਲਾ ਕੀਤਾ ਚਾਂਤੀਆਂ ਨੇ ਕੀਤਾ ਚੰਦਰ ਗੁਖਤ ਮੋਰੀਆ ਨੇ ਅ ਸਕੰਦਰ ਆਜ਼ਮ ਜਿਹੜਾ ਹੈ ਉਹਦੇ ਪਿੱਛੇ ਉਹ ਦੌੜ ਗਿਆ ਫਿਰ ਦੌੜਦਾ ਦੌੜਦਾ ਉਹ ਅਫਗਾਨਿਸਤਾਨ ਪਹੁੰਚਿਆ ਉੱਥੇ ਜਾ ਕੇ ਉਹਨੂੰ ਜ਼ਖਮੀ ਕੀਤਾ ਫਿਰ ਉਹਦੇ ਜਰਨੈਲ ਜਿਹੜੇ ਉਹਨੂੰ ਚੁੱਕ ਕੇ ਲੈ ਗਏ ਮਕਦੋਨੀਆ ਦੇ ਅੰਦਰ ਫਿਰ ਉਹਦਾ ਉਹਨਾਂ ਨੇ ਕਬਰ ਬਣਾਈ ਹੈਗੀ ਤੇ ਉੱਥੇ ਦਫਨਾ ਦਿੱਤਾ ਹੈਗਾ ਸੀ ਤੇ ਜੇ ਉੱਥੇ ਜ਼ਖਮੀ ਹੋਇਆ ਤੇ ਸਾਡੇ ਜਿਹੜੇ ਹੀਰੋਜ਼ ਜਿਹੜੇ ਸੀ ਉਹਨਾਂ ਦੇ ਕਾਰਨਾਮੇ ਸੀਗੇ ਮਹੱਤਤਾ ਕੀਤੀਆਂ ਉਹਨਾਂ ਨੇ ਬੜੇ ਜਿਹੜੇ ਸੀਗੇ ਬਲੰਸਾਰ ਲੋਕ ਸੀ ਮੁਹੱਬਤ ਕਰਨ ਵਾਲੇ ਲੋਕ ਸੀ ਮਹਿਮਾਨ ਨਵਾਜ਼ ਸੀ ਆਪਣੇ ਕਲਚਰ ਦਾ ਪ੍ਰਚਾਰ ਕਰਨ ਵਾਲੇ ਲੋਕ ਹੈਗੇ ਸੀਗੇ ਉਹਨਾਂ ਦੇ ਬਾਰੇ 'ਚ ਅਸੀਂ ਇਹ ਗੱਲ ਕਰ ਰਹੇ ਸੀ ਅੱਛਾ ਜੀ ਦਾਨਿਸ਼ ਭਾਈ ਅਗਰ ਆਪਾਂ ਪੰਜਾਬੀ ਆਪਣੇ ਹੀਰੋ ਦੀ ਗੱਲ ਕਰੀਏ ਤਾਂ ਉਹ ਫਿਰ ਆਪਾਂ ਨੂੰ ਥੋੜਾ ਜਿਹਾ ਮਜ਼ਬ ਤੋਂ ਹਟ ਕੇ ਉੱਪਰ ਜਾ ਕੇ ਗੱਲ ਕਰਨੀ ਪੈਣੀ ਆ ਕਿਉਂਕਿ ਅਗਰ ਆਪਾਂ ਇਹ ਮਜ਼ਬ ਦੀ ਕੈਦ ਵਿੱਚ ਰਹਿੰਨੇ ਆ ਤੇ ਫਿਰ ਆਪਾਂ ਹੀਰੋ ਜਿਹੜੇ ਆਪਣੇ ਉਹਨਾਂ ਨੂੰ ਇੱਕ ਕਿਸਮ ਦੇ ਪਿੱਛੇ ਸੁੱਟ ਦਿੰਨੇ ਆ ਹਾਂ ਜੀ ਅਫਸੋਸ ਦੀ ਗੱਲ ਹੈ ਕਿ ਦੇਖੋ ਜੀ ਤੁਸੀਂ ਇਹ ਬੜੀਆਂ ਸੱਚੀਆਂ ਤੇ ਸੁੱਚੀਆਂ ਗੱਲਾਂ ਨੇ ਕਿ ਜ਼ਾਹਰੀ ਬਾਤ ਹੈ ਕਿ ਦੁਨੀਆ ਤੇ ਪੰਜ ਖਾਨਦਾਨ ਨੇ ਨੰਬਰ 1 ਆਰੀਅਨ ਨੰਬਰ 2 ਜਿਹੜੇ ਮੰਗੋਲ ਸੀਗੇ ਨੰਬਰ 3 ਜਿਹੜੇ ਜਿਸ ਤਰ੍ਹਾਂ ਚਾਈਨੀ ਰੂਸੀ ਫੀਨੇ ਨਾਕ ਦੂਸਰੇ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਮਵਾਸਤ ਕਰਦੀਆਂ ਸਨ ਤੇ ਨੰਬਰ ਅਲਸਾਮੀ ਅਲ ਹਸਲ ਅਰਬੀ ਖਾਨਦਾਨ ਸੀਗੇ ਉਸ ਤੋਂ ਬਾਅਦ ਜਿਹੜੇ ਸੀ ਮੰਗੋਲ ਸੀਗੇ ਉਹਦੇ ਤੋਂ ਬਾਅਦ ਜਿਹੜੇ ਸੀਗੇ ਸਿਆਫਾਮ ਸਫੀਰਪਾਨ ਪੰਜ ਖਾਨਦਾਨਾਂ ਦੀ ਗੱਲ ਕਰ ਰਹੇ ਆ ਇਸ ਟਾਈਮ ਦੁਨੀਆ ਤੇ ਪੰਜ ਖਾਨਦਾਨ ਹੈਗੇ ਆ ਤੇ ਬਾਕੀ ਕਿਸਾਨ ਭਰਾਓ ਤੇ ਵੀਰੋ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ਵਾਲਿਓ ਖਾਸ ਤੇ ਰਹੋ ਵਾਸਤੇ ਰਹੋ ਇਹਨਾਂ ਗੱਲਾਂ ਦੇ ਬਾਰੇ ਸਾਨੂੰ ਜਾਣਨਾ ਪਾਊਗਾ ਕਿ ਜ਼ਾਹਰੀ ਬਾਤ ਪੜ੍ਹਨਾ ਪਾਊਗਾ ਸੋਣਾ ਸੁਣਾ ਲਿਖਣਾ ਪਾਊਗਾ ਕਿ ਜ਼ਾਹਰੀ ਬਾਤ ਇਹਨਾਂ ਨਾਸਰ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਿ ਮੈਂ ਪਹਿਲੀ ਗੱਲ ਕਹਿ ਰਿਹਾ ਕਿ ਪੂਰੀ ਦੁਨੀਆ ਸਾਡਾ ਮੁਲਕ ਹੈਗਾ ਯਾ ਸਾਰੀ ਇਨਸਾਨੀਅਤ ਸਾਡੀ ਬਰਾਦਰੀ ਹੈਗੀ ਯਾ ਦੂਸਰਿਆਂ ਦੇ ਨਾਲ ਨੇਕੀ ਕਰਨਾ ਮੁਹੱਬਤ ਕਰਨਾ ਮਾਂ ਬੋਲੀ ਦਾ ਪ੍ਰਚਾਰ ਕਰਨਾ ਸਾਡਾ ਮਜ਼ਬੂਤ ਹੈਗਾ ਅਸੀਂ ਸਾਰਿਆਂ ਦਾ ਮੁਹੱਬਤ ਕਰਨੀ ਜੇ ਸਾਨੂੰ ਆਪਣੇ ਹੀਰੋਜ਼ ਦੇ ਬਾਰੇ ਵਿੱਚ ਪਤਾ ਕਰਨਾ ਪਾਊਗਾ ਪੜ੍ਹਨਾ ਪਾਊਗਾ ਕਿ ਉਹਨਾਂ ਦੇ ਬਾਰੇ ਵਿੱਚ ਜਿਸ ਤਰ੍ਹਾਂ ਹੁਣ ਸਾਡੇ ਬੁੱਲੇ ਸ਼ਾਹ ਤੇ ਬੜਾ ਕੰਮ ਹੋਇਆ ਬੁੱਲੇ ਸ਼ਾਹ ਯੂਨੀਵਰਸਿਟੀ ਬਣ ਰਹੀ ਹੈ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਬੜਾ ਖੂਬਸੂਰਤ ਕਿਹਾ ਗੁਰੂ ਨਾਨਕ ਸਾਹਿਬ ਤੇ ਬੜੀ ਖੂਬਸੂਰਤ ਯੂਨੀਵਰਸਿਟੀ ਬਣ ਰਹੀ ਹੈ ਕਿ ਪੰਜਾਬ ਦੀ ਧਰਤੀ ਫੁੱਲਾਂ ਵਰਗੀ ਸੋਹਣੀ ਕੁੜੀ ਦੇ ਫੁੱਲਾਂ ਵਰਗੀ ਪੰਜਾਬ ਦੀ ਕੁੜੀ ਕਮਾਲ ਨਹੀਂ ਸਦਕੇ ਰੇਸ਼ਮ ਵਰਗੇ ਬਾਦ ਨਹੀਂ ਸਦਕੇ ਅੱਖ ਮੋਟੀ ਤੇ ਨੈਣ ਸ਼ਰਾਬੀ ਲੈ ਚਲ ਸਾਨੂੰ ਨਾੜ ਨਹੀਂ ਸਦਕੇ ਖੜਖੜ ਲੋਕੀ ਧੱਕਣ ਤੇ ਨੂੰ ਮੋਰਨੀ ਵਰਗੀ ਚਾ ਲਿਸਦਕੇ ਫੇਸਬੁਕ ਤੇ ਫੋਟੋਆਂ ਲਾਵੇਂ ਕੀ ਕੀ ਕਰੇ ਮਜਾਲ ਨਹੀਂ ਸਦਕੇ ਮਨ ਮੇਰੇ ਵਿੱਚ ਭਾਂਬੜ ਮਚਦੇ ਅੰਗ ਅੰਗ ਕਰੇ ਸਵਾਲ ਨਹੀਂ ਸਦਕੇ ਪੰਜਾਬ ਦੀ ਧਰਤੀ ਕਮਾਲ ਨਹੀਂ ਸਦਕੇ ਬਾਵਾ ਦੀ ਵਿੱਚ ਪਾ ਕੇ ਬਾਵਾ ਪਾਈਏ ਨਾਸਰ ਨਿਤ ਤਮਾਲ ਨਹੀਂ ਸਦਕੇ ਤੇਰੇ ਬਾਦ ਨਾਸਰ ਤੇਰੇ ਬਾਜੋ ਰੰਗ ਦੇ ਦਿਨ ਵੀ ਬਣ ਕੇ ਸਾਲ ਨਹੀਂ ਸਦਕੇ ਪੰਜਾਬ ਦੀ ਧਰਤੀ ਕਮਾਲ ਨਹੀਂ ਸਦਕੇ ਦੇਸ਼ ਵਰਗੇ ਵਾਹ ਨਹੀਂ ਸਦਕੇ ਪੰਜਾਬ ਦੀ ਧਰਤੀ ਫੁੱਲਾਂ ਵਰਗੀ ਸੋਣੀ ਕੁੜੇ ਦੇ ਫੁੱਲਾਂ ਵਰਗੀ ਬਹੁਤ ਸ਼ੁਕਰੀਆ ਜੀ ਦਾਨਿਸ਼ ਬਾਈ ਸਾਡੇ ਨਾਲ ਸੀ ਗੱਲਾਂ ਤੇ ਹੋਰ ਵੀ ਬਹੁਤ ਸਾਰੀਆਂ ਹੋ ਸਕਦੀਆਂ ਲੇਕਿਨ ਪ੍ਰੋਗਰਾਮ ਦਾ ਦੌਰਾਨੀਆ ਬਹੁਤ ਥੋੜਾ ਇੰਨਾ ਕੀ ਰੱਖਣਾ ਕਿ ਜਿਹੜਾ ਲੋਕ ਆਸਾਨੀ ਨਾਲ ਦੇਖ ਸਕਣ ਜੀ 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 ਤੇ ਬਾਕੀ ਸਾਡੇ ਜਿਹੜੇ ਦੋਸਤ ਹੈ ਜਿਹੜੇ ਸਾਡੇ ਹੀਰੋਜ਼ ਰਹਿ ਗਏ ਆ ਸਾਨੂੰ ਪਤਾ ਕਿ ਬਹੁਤ ਸਾਰੇ ਹੀਰੋਜ਼ ਦੇ ਨਾਮ ਰਹਿ ਗਏ ਆ ਉਹ ਇਨਸ਼ਾਅੱਲਾ ਅਸੀਂ ਆਪਣੇ ਮੇਰੇ ਪ੍ਰੋਗਰਾਮ ਦੇ ਨਾਲ ਤੁਹਾਡੇ ਤੱਕ ਪ੍ਰੋਗਰਾਮ ਨੂੰ ਪਹੁੰਚਾਉਂਗੇ ਚਾਵਾਂਗੇ ਔਰ ਪੂਰੀ ਦੁਨੀਆ ਸੁਣੇਗੀ ਔਰ ਮੁਹੱਬਤ ਕਰੇਗੀ ਔਰ ਲੋਕ ਜਾਗਣਗੇ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸਣਾ ਕਿ ਕਿਹੜੇ ਕਿਹੜੇ ਜਿਹੜੇ ਹੀਰੋਜ਼ ਆ ਉਹ ਰਹਿ ਗਏ ਆ ਅ